ਕੱਲ ਸਵੇਰੇ ਪਹੁੰਚਿਆ। ਹੋਰ ਤਿਆਰੀਆਂ ਨੇ ਵਿਆਹ ਦੀਆਂ? ਨਾਲੇ ਗੱਲ ਸੁਣ ਲਾ ਮੇਰੀ, ਆਪਦੇ ਬਾਪੂ ਨੂੰ ਕਹਿ ਦੀ ਵਿਆਹ 'ਤੇ ਖਰਚਾ ਪੂਰਾ ਕਰੇ, ਇਹ ਨਾ ਹੋਵੇ ਸਾਡਾ ਜਲੂਸ ਕਢਾ ਦੇਵੇ। ਨਾਲੇ ਦਾਰੂ ਵੀ ਸਾਨੂੰ ਚਾਰ ਪ੍ਰਕਾਰ ਦੀ ਚਾਹੀਦੀ ਆ, ਇਹ ਨਾ ਹੋਵੇ ਦੀ ਸੰਤਰਾ ਦਾਰੂ ਲਿਆ ਕੇ ਰੱਖ ਦਿਓ। ਨਾਲੇ ਪੈਲਸ ਪੁਲਿਸ ਵਧੀਆ ਹੋਣਾ ਚਾਹੀਦਾ, ਮੇਰੇ ਸਾਰੇ ਯਾਰ ਉਸ ਤੋਂ ਬਾਹਰੋਂ ਆਏ ਨੇ, ਜੇ ਅਰੇਂਜਨਾ ਪੂਰਾ ਵਧੀਆ ਹੋਇਆ ਤਾਂ ਮੇਰਾ ਤਾਂ ਜਲੂਸ ਕਢਾ ਦੋਗੇ ਤੁਸੀਂ, ਚਾਹੇ ਲੋਨ ਲਵੇ ਚਾਹੇ ਕਰਜ਼ਾ ਚੱਕੇ। ਵਿਆਹ ਕੀ ਕਿਹਨੂੰ ਕਹਿੰਦਾ, ਕੀ ਗੱਲਾਂ ਕਰਦਾ? ਮੰਮੀ ਉਹੀ ਤੇਰੀ ਆਉਣ ਵਾਲੀ ਨੂੰਹ ਨਾਲ ਗੱਲਾਂ ਬਸ, ਉਹੀ ਵਿਆਹ ਦੀਆਂ, ਪ੍ਰੇਮ ਪਿਆਰ ਦੀਆਂ। ਨਾ ਨਾ ਕੀ ਕਹਿੰਦਾ, ਫਲਾਨੀ ਚੀਜ਼ ਹੋਵੇ ਧਮਕੀ ਚੀਜ਼ ਹੋਵੇ। ਮੰਮੀ ਹੁਣ ਮੈਂ ਬਾਹਰੋਂ ਆਇਆ, ਇੰਨਾ ਕੁ ਤਾਂ ਆਪਣਾ ਖਰਚਾ ਕਰਾਉਣਾ ਬਣਦਾ, ਉਹਨੂੰ ਕਿਹਾ ਵੀ ਵਿਆਹ ਦੇ ਪ੍ਰਬੰਧ ਪੂਰਾ ਕਰੇ, ਸਾਡਾ ਜਲੂਸ ਨਾ ਕਢਾ ਦਿਓ। ਬਾਹਰੋਂ ਆਇਆ ਤਾਂ ਫਾਇਦਾ ਵੀ ਤਾਂ ਹੋਵੇ। ਇੱਧਰ ਨੂੰ ਮੂੰਹ ਕਰ, ਖਰਚਾ ਤੂੰ ਕਰਨਾ ਆਪਣੇ ਸਿਰ ਤੇ ਕਰ, ਤੂੰ ਆਇਆ ਬਾਹਰੋਂ, ਉਹ ਨੀ ਆਏ ਬਾਹਰੋਂ, ਉਹ ਕਰਜ਼ਾ ਚੱਕ ਕੇ ਅੱਜ ਉਹਦਾ ਬਾਪ ਕਰੂ। ਜਮਾਈ ਭਾਈ ਤਾਂ ਸਹੁਰਿਆਂ ਦਾ ਸਹਾਰਾ ਬਣਦੇ ਹੁੰਦੇ ਨੇ, ਜਦ ਤੂੰ ਹੀ ਆਹ ਗੱਲਾਂ ਕਰਨ ਲੱਗ ਗਿਆ ਤਾਂ ਲੋਕਾਂ ਨੂੰ ਤਾਂ ਕਰਨੀਆਂ ਸੌਖੀਆਂ ਨੇ, ਕੱਲ ਨੂੰ ਵਿਚਾਰਾ ਉਹ ਫਾਹੇ ਲੈ ਲੈ ਮਰੂਗਾ, ਫਿਰ ਬਾਹਲਾ ਸੁੱਖ ਦੀ ਨੀਂਦ ਆਊਗੀ ਤੈਨੂੰ। ਅਸੀਂ ਨੀ ਖਰਚਾ ਕਰਾਉਣਾ ਕਿਸੇ ਤੇ, ਜਿਹੜਾ ਕੁਛ ਕਰਨਾ ਤੂੰ ਆਪਣੇ ਸਿਰ ਤੇ ਕਰ। ਹੈ ਲੱਗਿਆ ਨਵੇਂ ਉਹਨੂੰ ਸਲਾਹਾਂ ਦੇਣ, ਬੰਦਾ ਬਣ ਜਾ, ਸਾਰਾ ਕੁਛ ਲੋਕਾਂ ਨੇ ਖਾ ਪੀ ਕੇ ਭੁੱਲ ਜਾਣਾ, ਉਹ ਤਾਂ ਮਿੰਟੋ ਮਿੰਟੀ ਗਦਾੜੇ ਮਾਰ ਜਾਂਦੇ ਖਾ ਪੀ ਕੇ। ਅਗਲਾ ਆ ਕੇ ਫਿਰ ਕਹਿੰਦੇ ਨੇ ਉਹ ਉੱਥੇ ਆਹ ਕਮੀ ਰਹਿ ਗਈ, ਉੱਥੇ ਆਹ, ਫਿਰ ਸਾਡੇ ਲਈ ਤਾਂ ਕੁਛ ਨੀ ਚਾਹੀਦਾ, ਅਸੀਂ ਇਕੱਲੀ ਚਾਹ ਦੀ ਘੁੱਟ ਪੀ ਕੇ ਆਨੰਦ ਲੈ ਕੇ ਆ ਜਾਣਾ। ਉਹਦੇ ਬੰਦਾ ਬਣ ਜਾ। ਹੈਲੋ, ਹਾਂ ਸੋਰੀ ਯਾਰ, ਮੈਂ ਬਸ ਇਹੀ ਕਹਿਣਾ ਜਿੰਨਾ ਕੁ ਤੁਹਾਡਾ ਸਰਦਾ ਉਨਾ ਕੁ ਵਿਆਹ ਕਰ ਦਿਓ, ਸਾਨੂੰ ਕੁਛ ਨਹੀਂ ਚਾਹੀਦਾ। ਹਾਂ ਓਕੇ।